ਫਗਵਾੜਾ ਦੇ ਵਿੱਚ ਇੱਕ ਵਾਰ ਫਿਰ ਤੋਂ ਮਾਹੌਲ ਜਿਹੜਾ ਆ ਤਣਾਅਪੂਰਨ ਹੋਇਆ ਹੈ। ਤੁਸੀਂ ਇਹ ਗੱਡੀ ਦੇਖ ਸਕਦੇ ਹੋ, ਪੁਲਿਸ ਅਧਿਕਾਰੀ ਦੀ ਗੱਡੀ ਹੈ ਜਿਹੜੀ ਕਿ ਦੋ ਗੁੱਟਾਂ ਵਿਚਾਲੇ ਝਗੜਾ ਹੋਣ ਤੋਂ ਬਾਅਦ ਇਹ ਗੱਡੀ ਨੂੰ ਤਹਿਸ ਨਹਿਸ ਕੀਤਾ ਗਿਆ। ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਨੇ ਤਿੱਖੀ ਚੀਜ਼ ਦੇ ਨਾਲ ਜਿਹੜੀ ਆ ਗੱਡੀ ਭੰਨੀ ਗਈ ਆ। ਇਹ ਦੇਖ ਸਕਦੇ ਹੋ ਕਿ ਗੱਡੀ ਦੇ ਉੱਪਰ ਜਿਹੜੇ ਕੱਟ ਲੱਗੇ ਹੋਏ ਨੇ ਕਿ ਤਿੱਖੀ ਚੀਜ਼ ਦੇ ਨਾਲ ਇਸ ਦੇ ਉੱਪਰ ਵਾਰ ਕੀਤੇ ਗਏ। ਸ਼ੀਸ਼ੇ ਜਿਹੜੇ ਆ ਪੂਰੀ ਤਰ੍ਹਾਂ ਟੁੱਟ ਚੁੱਕੇ ਆ। ਨਵੀਂ ਗੱਡੀ ਬਲੈਰੋ ਹੈਗੀ ਆ, ਪੁਲਿਸ ਅਧਿਕਾਰੀ ਦੀ ਆ। ਬੜੀ ਤਸੱਲੀ ਦੇ ਨਾਲ ਇਸ ਨੂੰ ਭੰਨਿਆ ਗਿਆ, ਡੈਂਟ ਪਏ ਆ। ਇਹ ਗੱਡੀ ਦੇ ਉੱਪਰ ਸਾਰਾ ਗੁੱਸਾ ਜਿਹੜਾ ਆ ਕੁਝ ਨੌਜਵਾਨਾਂ ਦੇ ਵੱਲੋਂ ਕੱਢਿਆ ਗਿਆ। ਹਾਲਾਂਕਿ ਪੁਲਿਸ ਇਸ ਗੱਡੀ ਦੇ ਬਾਰੇ ਕੁਝ ਵੀ ਦੱਸਣ ਤੋਂ ਜਿਹੜਾ ਆ ਗੁਰੇਜ਼ ਕਰ ਰਹੀ ਹੈ, ਦੱਸਣ ਨਹੀਂ ਦੇਈ ਕਿ ਇਹ ਗੱਡੀ ਕਿਸ ਦੀ ਹੈ। ਪਰ ਇਹ ਗੱਡੀ ਜਿਹੜੀ ਹੈ ਪੁਲਿਸ ਅਧਿਕਾਰੀ ਦੀ ਹੈ ਅਤੇ ਇਹ ਇੱਥੋਂ ਪੁਲਿਸ ਸਟੇਸ਼ਨ ਤੋਂ ਬਿਲਕੁਲ ਮਹਿਜ਼ 100 ਮੀਟਰ ਦੀ ਦੂਰੀ ਉੱਪਰ ਖੜ੍ਹੀ ਸੀ। ਕੱਚ ਵੀ ਖਿਲਰਿਆ ਹੋਇਆ ਉੱਥੇ, ਅਤੇ ਇਸ ਗੱਡੀ ਨੂੰ ਜਿਹੜਾ ਆ ਨੁਕਸਾਨ ਪਹੁੰਚਾਇਆ ਗਿਆ ਕਿਉਂਕਿ ਦੋ ਗੁੱਟਾਂ ਵਿਚਾਲੇ ਇੱਥੇ ਝੜਪ ਹੋਈ ਸੀ ਫਗਵਾੜਾ ਦੇ ਵਿੱਚ, ਜਿਸ ਤੋਂ ਬਾਅਦ ਮਾਹੌਲ ਜਿਹੜਾ ਪੂਰੀ ਤਰ੍ਹਾਂ ਤਣਾਅਪੂਰਨ ਹੈ। ਚੱਪੇ ਚੱਪੇ ਦੇ ਉੱਪਰ ਪੁਲਿਸ ਖੜ੍ਹੀ ਹੈ, ਪਰ ਉਹਨਾਂ ਨੌਜਵਾਨਾਂ ਦੇ ਵੱਲੋਂ ਗੁੱਸੇ ਦੇ ਵਿੱਚ ਇਸ ਗੱਡੀ ਨੂੰ ਜਿਹੜਾ ਆ ਨਿਸ਼ਾਨਾ ਬਣਾਇਆ ਗਿਆ। ਵੱਡੀ ਗੱਲ ਇਹ ਹੈ ਕਿ ਇਹ ਗੱਡੀ ਜਿਹੜੀ ਹੈ ਪੁਲਿਸ ਅਧਿਕਾਰੀ ਦੀ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਵੀ ਕਿ ਇਹ ਗੱਡੀ ਕਿਹਦੀ ਹੈ ਅਤੇ ਗੱਡੀ ਕਿਹਨਾਂ ਨੇ ਭੰਨੀ। ਹਾਲਾਂਕਿ ਪੁਲਿਸ ਅਧਿਕਾਰੀ ਜਿਹੜੇ ਆ ਕੰਨੀ ਕਤਰਾ ਰਹੇ ਨੇ ਗੱਲਬਾਤ ਕਰਨ ਤੋਂ। ਸਰ ਇੱਕ ਮਿੰਟ ਗੱਲ ਸੁਣੋ, ਇਹ ਗੱਡੀ ਕਿਹਦੀ ਹੈਗੀ ਆ ਅਤੇ ਕਿੰਨੇ ਭੰਨੀ ਆ? ਇਹ ਭਾਅ ਜੀ ਡਿਪਟੀ ਸਾਹਿਬ ਦੀ ਆ, ਡੀ ਐਸ ਪੀ ਸਾਹਿਬ ਦੀ ਗੱਡੀ। ਭੰਨੀ ਕਿੰਨਾ ਨੇ ਆ? ਆ ਜਿਹੜਾ ਆਪਣੇ ਮੁੰਡੇ, ਮੈਂ ਤਾਂ ਬਾਹਰੋਂ ਆ ਸਕਾਂ ਲੈ ਕੇ ਆਪਣੇ ਰੋਟੀ ਲੈ ਕੇ ਆ ਸਕਾਂ ਖਾਣਾ, ਅਤੇ ਇਹ ਨਹੀਂ ਮੈਨੂੰ ਪਤਾ ਕਿੰਨੇ ਭੰਨੀ ਸੀ। ਮੈਂ ਤਾਂ ਅੰਦਰ ਆ ਖਾਣਾ ਲੈ ਕੇ, ਮੁਲਾਜ਼ਮਾਂ ਦਾ ਮਸਤ ਵੇਂਦਰ ਸੀ, ਉਹ ਖਾਣਾ ਲੈ ਕੇ ਆ ਸਕਾਂ ਮੈਂ। ਡੀ ਐਸ ਪੀ ਸਾਹਿਬ ਦਾ ਨਾਮ ਕੀ ਹੈ ਜਿਨ੍ਹਾਂ ਦੀ ਗੱਡੀ ਹੈ? ਮੈਂ ਤਾਂ ਨਵਾਂ ਹੀ ਆ ਜੇ, ਮੈਨੂੰ ਨਾਂ ਨਹੀਂ ਪਤਾ। ਅੱਛਾ, ਇਹ ਗੱਡੀ ਖੜ੍ਹੀ ਕਿੱਥੇ ਸੀਗੀ? ਇੱਥੋਂ ਮੈਂ 100 ਮੀਟਰ ਦੀ ਦੂਰੀ 'ਤੇ ਖੜ੍ਹੀ ਸੀਗੀ। ਨਹੀਂ, ਇੱਥੇ ਖੜ੍ਹੀ ਪਾਲੇ ਪਾਸੇ, ਉੱਥੇ ਖੜ੍ਹੀ ਸੀਗੀ। ਠੀਕ ਹੈ, ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਪਰ ਇਹ ਗੱਡੀ ਜਿਹੜੀ ਹੈ ਪੁਲਿਸ ਅਧਿਕਾਰੀ ਦੀ ਵੀ ਆ, ਕਾਨੂੰਨੀ ਤੌਰ ਦੇ ਉੱਪਰ ਵੀ ਸਾਡੇ ਨਾਲ ਜਿਹੜੀ ਹੈ ਗੱਲਬਾਤ ਕਰ ਦਿੱਤੀ ਗਈ ਹੈ। ਗੱਡੀ ਦਾ ਨੰਬਰ ਹੈਗਾ PB09X7807। ਹੁਣ ਸਵਾਲ ਇਹ ਖੜ੍ਹੇ ਹੁੰਦੇ ਨੇ ਕਿ ਫਗਵਾੜਾ ਜਿਹੜਾ ਆ ਸੈਂਸਿਟਿਵ ਏਰੀਆ ਆ, ਅਤੇ ਇਹ ਗੱਡੀ ਜਿਹੜੀ ਹੈ ਕੁਝ ਨੌਜਵਾਨਾਂ ਦੇ ਵੱਲੋਂ ਇਸ ਗੱਡੀ ਦੇ ਉੱਪਰ ਗੁੱਸਾ ਕੱਢਿਆ ਗਿਆ ਅਤੇ ਇਸ ਦੀ ਬੁਰੀ ਤਰ੍ਹਾਂ ਜਿਹੜੀ ਹੈ ਭੰਨ ਤੋੜ ਕੀਤੀ ਹੈ। ਅਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਗਵਾੜੇ ਦਾ ਮਾਹੌਲ ਜਿਹੜਾ ਆ ਸ਼ਾਂਤ ਹੁੰਦਾ ਆ ਜਾਂ ਫਿਰ ਪਹਿਲੇ ਦੀ ਤਰ੍ਹਾਂ ਮਾਹੌਲ ਇੱਕ ਵਾਰ ਫਿਰ ਤੋਂ ਵਿਗੜਦਾ ਹੈ। ਕੈਮਰਾਮੈਨ ਪੰਕਜ ਸ਼ਰਮਾ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਫਗਵਾੜਾ।